सतनाम श्री वाहे गुरु साहिब जी। 20-50 रहे उस साथ, 20-50 रहे उस साथ, लाहौर दा नवाब जकरिया खां दरबार सजा के दरबार दे विच सिखां दे बारे जानकारी लेंदा है कि अजे तक सिख भुख दे नाल मरे किहड़ी गल्लों नहीं, की कारण है। जंडियाले दा रहण वाला भगत नरंजनिया ਉਹ ਫਿਰ ਕਾਰਨ ਦੱਸਦਾ ਹੈ, ਨਵਾਬ ਜੀ ਅਸਲ ਕਾਰਨ ਇਹ ਹੈ ਕਿ ਜਿਹੜੇ ਪਿੰਡਾਂ ਵਿੱਚ ਸਿੱਖ ਰਹਿੰਦੇ ਹਨ ਉਹ ਜੰਗਲ ਵਿੱਚ ਰਹਿੰਦੇ ਸਿੱਖਾਂ ਦੀ ਮਦਦ ਕਰਦੇ ਹਨ, ਉਹਨਾਂ ਤੱਕ ਪ੍ਰਸ਼ਾਦਾ ਪਾਣੀ ਪਹੁੰਚਾਉਂਦੇ ਹਨ, ਜਿਹਦੇ ਕਰਕੇ ਉਹ ਭੁੱਖੇ ਨਹੀਂ ਮਰਦੇ। ਉਹਨਾਂ ਵਿੱਚੋਂ ਇੱਕ ਦਾ ਨਾਮ ਭਾਈ ਤਾਰੂ ਸਿੰਘ ਹੈ, ਜਿਹਦੇ ਘਰ ਦੇ ਵਿੱਚ ਲੋ ਤਪਦੀ ਹੀ ਰਹਿੰਦੀ ਹੈ, ਪ੍ਰਸ਼ਾਦਾ ਪਾਣੀ ਬਣਿਆ ਹੀ ਰਹਿੰਦਾ ਹੈ। ਅਤੇ ਦੂਸਰਾ ਸਿੱਖ ਹੈ ਭਾਈ ਮਹਿਤਾਬ ਕਰਕੇ ਜਾਣਿਆ ਜਾਂਦਾ ਹੈ, ਜੋ ਕਿ ਬਹੁਤ ਵੱਡਾ ਸੂਰਮਾ ਹੈ ਅਤੇ ਜਿਸ ਨੇ ਸਾਡੇ ਚੌਧਰੀ ਮੱਸੇ ਰੰਗੜ ਦਾ ਸਿਰ ਵੱਢਿਆ ਹੈ। ਉਹ ਜੋਧਪੁਰ ਬੀਕਾਨੇਰ ਦੀ ਧਰਤੀ ਵੱਲ ਵਿਚਰਦਾ ਹੈ ਅਤੇ ਉੱਥੋਂ ਦੇ ਪਿੰਡਾਂ ਦੇ ਵਿੱਚ ਆਪਣਾ ਰੂਪ ਮਾਰਦਾ ਹੈ। 20-50 ਰਹੇ ਉਸ ਸਾਥ, ਮਹਿਤਾਬ ਸਿੰਘ ਦੇ ਨਾਲ 20-25 ਸਿੱਖ ਜਿਹੜੇ ਉਹਦੇ ਨਾਲ ਰਹਿੰਦੇ ਹੀ ਰਹਿੰਦੇ ਹਨ। ਲੋਕਨ ਕੋ ਵਹਿ ਲਾਵੇ ਹਾਥ, ਤੇ ਜਿਹੜੇ ਚੌਧਰਾ ਮਾਰਦੇ ਹਨ, ਜਿਹੜੇ ਲੋਕਾਂ ਉੱਤੇ ਜ਼ੁਲਮ ਕਰਕੇ ਟੈਕਸ ਅਗਰਾਉਂਦੇ ਹਨ, ਭਾਈ ਮਹਿਤਾਬ ਸਿੰਘ ਤੇ ਨਾਲ ਦੇ ਸਿੱਖੀ ਸਾਥੀ ਉਹ ਇਹਨਾਂ ਲੋਕਾਂ ਨੂੰ ਜਾ ਕੇ ਹੱਥ ਲਾਉਂਦੇ ਹਨ, ਇਹਨਾਂ ਨੂੰ ਲੁੱਟਦੇ ਹਨ, ਇਹਨਾਂ ਦੇ ਘਰ ਬਾਰ ਉਜਾੜਦੇ ਹਨ। ਕਿਸੇ ਮੰਗੇ ਕਿਸੇ ਲਏ ਡਰਾਏ, ਪਹਿਲਾਂ ਤੇ ਪਿਆਰ ਦੇ ਨਾਲ ਮੰਗਦੇ ਹਨ ਕਿ ਖਾਲਸੇ ਦਾ ਹਿੱਸਾ, ਖਾਲਸੇ ਦਾ ਟੈਕਸ ਅੱਗੇ ਰੱਖ ਦਵੋ, ਅਸੀਂ ਟੈਕਸ ਲੈ ਕੇ ਵਾਪਸ ਚਲੇ ਜਾਵਾਂਗੇ। ਤੇ ਜੇ ਪਿਆਰ ਨਾਲ ਕੋਈ ਨਹੀਂ ਰੱਖਦਾ ਤੇ ਫਿਰ ਉਹ ਰੋਭ ਦੇ ਮਨਾਲ ਤਲਵਾਰ ਦੇ ਨਾਲ ਤਾਕਤ ਦੇ ਨਾਲ ਡਰਾ ਕੇ ਫਿਰ ਟੈਕਸ ਲੈਂਦੇ ਹਨ। ਕਿਸੇ ਮੰਗੇ ਕਿਸੇ ਲਏ ਡਰਾਏ, ਕਿਸੇ ਤੋਂ ਮੰਗ ਕੇ ਲੈਂਦੇ ਹਨ, ਕਿਸੇ ਨੂੰ ਡਰਾ ਕੇ ਲੈਂਦੇ ਹਨ, ਭਾਵ ਕਿ ਕਿਸੇ ਨੂੰ ਵੀ ਉਹ ਛੱਡਦੇ ਨਹੀਂ ਹਨ। ਲੋਕਨ ਪਰ ਕਰ ਲਈ ਠਹਿਰਾਏ, ਇੱਥੋਂ ਤੱਕ ਉਹਨਾਂ ਸਿੱਖਾਂ ਨੇ ਭਾਈ ਮਹਿਤਾਬ ਸਿੰਘ ਜੀ ਹੋਣਾ ਨੇ ਪਿੰਡਾਂ ਨਗਰਾਂ ਦੇ ਵਿੱਚ ਆਪਣਾ ਹੀ ਟੈਕਸ ਲਾਇਆ ਹੋਇਆ ਹੈ। ਲੋਕ ਸਰਕਾਰ ਦਾ ਟੈਕਸ ਦੇਣਾ ਬੰਦ ਕਰ ਗਏ ਹਨ, ਕਹਿੰਦੇ ਹਨ ਕਿ ਅਸੀਂ ਤਾਂ ਇੱਕ ਬੰਨੇ ਟੈਕਸ ਦੇ ਸਕਦੇ ਹਾਂ, ਜਾਂ ਸਰਕਾਰ ਨੂੰ ਟੈਕਸ ਦੇ ਸਕਦੇ ਹਾਂ, ਅਤੇ ਜਾਂ ਫਿਰ ਸਿੱਖਾਂ ਨੂੰ ਟੈਕਸ ਦੇ ਸਕਦੇ ਹਾਂ, ਅਸੀਂ ਦੋ ਬੰਨੇ ਟੈਕਸ ਨਹੀਂ ਦੇ ਸਕਦੇ। ਅਤੇ ਇਸ ਕਰਕੇ ਸਿੱਖ ਜਿਹੜੇ ਉਹਨਾਂ ਕੋਲ ਟੈਕਸ ਲੈਂਦੇ ਹਨ, ਸਿੱਖਾਂ ਨੂੰ ਉਹ ਟੈਕਸ ਦੇ ਕੇ ਖੁਸ਼ ਹਨ, ਕਿਉਂਕਿ ਜਿਹੜੇ ਸਿੱਖ ਹਨ ਉਹ ਮੁਸ਼ਕਿਲ ਵੇਲੇ ਉਹਨਾਂ ਦੀ ਮਦਦ ਵੀ ਕਰਦੇ ਹਨ। ਪਰ ਇਸ ਜਿਹੜੇ ਸਿੱਖ ਹਨ ਉਹ ਜਿਹੜੇ ਸਰਕਾਰੀ ਨੁਮਾਇੰਦਿਆਂ ਨੂੰ ਕਾਣੀ ਛੱਡਦੇ, ਉਹਨਾਂ ਕੋਲ ਸੋਲੋ ਟੈਕਸ ਵੀ ਲੈਂਦੇ ਹਨ, ਉਹਨਾਂ ਨੂੰ ਮਾਰਦੇ ਵੀ ਹਨ, ਕੁੱਟਦੇ ਵੀ ਹਨ, ਉਹਨਾਂ ਦੇ ਘਰ ਵੀ ਉਜਾੜ ਕੇ ਜਾਂਦੇ ਹਨ। ਜੋ ਉਸ ਕੀ ਨਹਿ ਠਹਿਰਾਏ, ਤੇ ਜਿਹੜਾ ਟੈਕਸ ਦੇਣ ਨੂੰ ਨਹੀਂ ਮੰਨਦਾ, ਜਿਹੜਾ ਅੱਗੇ ਆਕੜ ਕਰਦਾ ਹੈ, ਫਿਰ ਖਾਲਸਾ ਭਾਈ ਮਹਿਤਾਬ ਸਿੰਘ ਜੀ ਹੋਣੇ ਫਿਰ ਤਲਵਾਰ ਨੂੰ ਹੱਥ ਪਾ ਕੇ ਉਹਨੂੰ ਗੋਡੇ ਤੇ ਧੌਣ ਲਾ ਕੇ ਉਹਨਾਂ ਕੋਲ ਟੈਕਸ ਲੈਂਦੇ ਹਨ। ਦੋਹਰਾ ਨਵਾਬ ਕਹਿਓ ਹਰ ਭਗਤ ਕੋ, ਮਹਿਤਾਬ ਸਿੰਘ ਤੋਂ ਲਿਆਓ। ਨਵਾਬ ਕਹਿਓ ਹਰ ਭਗਤ ਕੋ, ਮਹਿਤਾਬ ਸਿੰਘ ਤੋਂ ਲਿਆਓ। ਹਰ ਭਗਤ ਨਰੰਜਨੀਆ ਨਵਾਬ ਜਕਰੀਆ ਖਾਨ ਨੂੰ ਦੋਵਾਂ ਸਿੱਖਾਂ ਬਾਰੇ ਜਾਣਕਾਰੀ ਦਿੰਦਾ ਹੈ ਕਿ ਆਹ ਦੋ ਸਿੱਖ ਹਨ ਅਤੇ ਇਹਨਾਂ ਵਰਗੇ ਕਈ ਹਜੇ ਹੋਰ ਹਨ ਜਿਹੜੇ ਜੰਗਲ ਵਿੱਚ ਰਹਿੰਦੇ ਸਿੱਖਾਂ ਦੀ ਮਦਦ ਕਰਦੇ ਹਨ, ਉਹਨਾਂ ਤੱਕ ਪ੍ਰਸ਼ਾਦਾ ਪਾਣੀ ਪਹੁੰਚਾਉਂਦੇ ਹਨ। ਅਤੇ ਇਹਨਾਂ ਦੋ ਬਾਰੇ ਜਦੋਂ ਜਾਣਕਾਰੀ ਦਿੱਤੀ ਤੇ ਨਵਾਬ ਜਕਰੀਆ ਖਾਨ ਫਿਰ ਹਰ ਭਗਤ ਨਰੰਜਨੀ ਨੂੰ ਕਹਿੰਦਾ ਹੈ, ਨਵਾਬ ਕਹਿਓ ਹਰ ਭਗਤ ਕੋ, ਮਹਿਤਾਬ ਸਿੰਘ ਤੂੰ ਲਿਆਓ।
जकरिया खां कहिंदा मैं ताब सिंह नूं, जकरिया खां कहिंदा भगत नरंजनीए नूं कि तू ऐ कर, तू जाके ते महताब सिंह नूं फड़ के लेके आ। है उसके संग सिख बहो, बहुत फौज ले जाओ। है उसके संग सिख बहो, बहुत फौज ले जाओ। जकरिया खां कहिंदा भगत नरंजनीए नूं कि जिवें तुसीं दस रहे जे कि उहदे कोल 20-25 सिख रहिंदे हन ते सारे दे सारे बहादुर हन, तुसीं फौज भारी लै जायो, क्योंकि जे मुकाबला करना पै जावे ते मुकाबला करके उन्हां नूं उत्थे ही मार आउणा, ते जे मुकाबला करदिआं होइआं गिरफ्तार हो जाण तां फिर गिरफ्तार करके लै आउणा, पर खाली हाथ जेड़ा तुसी आउणा नहीं। चौपाई ओ तारू सिंह इकल्ला जो, ओ तारू सिंह इकल्ला जो, ते जकरिया खां कहन लगा जेड़ा भाई तारू सिंह है पूरे पिंड दा रहण वाला वसनीक, ओ कल्ला है क्योंकि उहदे कोल कोई फौज नहीं है, उहदे कोल कोई अजिहा प्रबंध नहीं है, क्योंकि ओ केवल ते केवल गुरु दा सिख अते सेवा सिमरन करदा है, सेवा सिमरन करके पंथ नूं चढ़दियां कलां विच खड़दा है, ते भाई महताब सिंह जी ओ दुश्मन दे नाल लड़दिआं होइआ पंथ नूं चढ़दी कलां विच खड़दा है, क्योंकि सतगुरु जी ने सानूं दोवें सिधांत दित्ते हन, सेवा सिमरन दे नाल भी पंथ परमात्मा दी सेवा करनी अते लोड़ पैण ते तलवार नूं हथ पा के भी पंथ नूं चढ़दियां कलां विच खड़दा, ते खालसा दोवां तरीकियां दे नाल पंथ नूं चढ़दी कलां विच खड़दा है। भाई महताब सिंह जी होणा वर्गे जुझारू योधे ਉਹ ਤਲਵਾਰ ਨੂੰ ਹੱਥ ਪਾ ਕੇ ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾ ਵਿੱਚ ਖੜਦੇ ਹਨ, ਤੇ ਭਾਈ ਤਾਰੂ ਸਿੰਘ ਜੀ ਵਰਗੇ ਸਿਦਕੀ ਯੋਧੇ ਜਿਹੜੇ ਹਨ ਉਹ ਸੇਵਾ ਸਿਮਰਨ ਕਰਕੇ ਮਦਦ ਕਰਕੇ ਖਾਲਸੇ ਪੰਥ ਨੂੰ ਚੜ੍ਹਦੀ ਕਲਾ ਵਿੱਚ ਖੜਦੇ ਹਨ। ਤੇ ਜਕਰੀਆ ਖਾ ਕਹਿਣ ਲੱਗਾ ਔਰ ਤਾਰੂ ਸਿੰਘ ਇਕੱਲੋ ਜੋ, ਮਹਿਤਾਬ ਸਿੰਘ ਦੇ ਕੋਲ ਫੌਜ ਹੈ ਇਸ ਕਰਕੇ ਫੌਜ ਭਾਰੀ ਖੜਨਾ, ਤੇ ਜਿਹੜਾ ਭਾਈ ਤਾਰੂ ਬਾਰੇ ਦੱਸ ਰਹੇ ਜੇ ਉਹ ਕੱਲਾ ਹੈਗਾ ਹੈ। ਅਹਦੀ ਜਾਏ ਲੈ ਆਵੇ ਸੋ, ਤੇ ਉਹਦੇ ਵਾਸਤੇ ਕੋਈ ਬਹੁਤੀ ਭਾਰੀ ਫੌਜ ਖੜਨ ਦੀ ਲੋੜ ਨਹੀਂ ਹੈ, ਉਹਦੇ ਵਾਸਤੇ ਥੋੜ੍ਹੀ ਬਹੁਤੀ ਫੌਜ ਲੈ ਜਾਵੋ, ਕਿਉਂਕਿ ਕੱਲਾ ਬੰਦਾ ਕਿਸੇ ਦਾ ਕਿੰਨਾ ਕੁ ਮੁਕਾਬਲਾ ਕਰ ਸਕਦਾ ਹੈ। 20-30 ਸੰਗ ਪਿਆਦੇ ਦਿਓ। ਜਕਰੀਆ ਖਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਫੜਨ ਵਾਸਤੇ 20 ਤੋਂ ਲੈ ਕੇ 25 ਪਿਆਦੇ ਦਿੱਤੇ। ਪਿਆਦੇ ਤੋਂ ਭਾਵ ਕਿ ਜਿਹੜੇ ਤੁਰ ਕੇ ਫੌਜ ਆਉਂਦੀ ਹੈ। 25 ਤੋਂ ਲੈ ਕੇ 30 ਸਿਪਾਹੀ ਦਿੱਤੇ ਹਨ ਮੋਮਨ ਖਾਂ ਨੂੰ, ਤੇ ਮੋਮਨ ਖਾਂ ਜਰਨੈਲ ਹੈ ਜਿਹਦੀ ਅਗਵਾਈ ਦੇ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਲਾਹੌਰ ਤੋਂ ਭੇਜਿਆ ਗਿਆ ਹੈ। ਰਸਤਿਓ ਚੌਦਸ ਉਸ ਕਰ ਲਿਓ। ਜਦੋਂ ਮੋਮਨ ਖਾਂ ਦੀ ਅਗਵਾਈ ਦੇ ਵਿੱਚ ਫੌਜ ਆਉਣ ਲੱਗੀ, ਤੇ ਜਦੋਂ ਜਕਰੀਆ ਖਾਂ ਤੁਰਨ ਲੱਗਾ, ਤੇ ਜਕਰੀਆ ਖਾਂ ਫਿਰ ਸਮਝਾਉਂਦਾ ਹੈ ਮੋਮਨ ਖਾਂ ਨੂੰ ਕਿ ਸਿੱਧੇ ਜਾ ਕੇ ਗ੍ਰਿਫਤਾਰ ਨਾ ਕਰਿਓ, ਪਹਿਲਾਂ ਚੌਕਸ ਹੋ ਕੇ ਜਾਣਕਾਰੀ ਲੈ ਲਿਓ ਕਿ ਵਾਕਈ ਹੀ ਉਹ ਇਕੱਲਾ ਰਹਿੰਦਾ ਹੈ ਜਾਂ ਉਹਦੇ ਕੋਲ ਫੌਜ ਹੈ ਜਾਂ ਕੋਈ ਉਹਦਾ ਪ੍ਰਬੰਧਕ ਹੈ, ਕਿਉਂਕਿ ਜਿੱਦਾਂ ਹਰ ਭਗਤ ਨਰੰਜਨੀਆ ਕਹਿ ਰਿਹਾ ਕਿ ਪਿੰਡ ਦੇ ਹਮੈਤੀ ਬੜੇ ਲੋਕ ਹਨ ਉਹਦੇ, ਤੇ ਜੇ ਪਿੰਡ ਨਾਲ ਖੜਾ ਹੋ ਗਿਆ ਫਿਰ ਤੁਹਾਡੇ ਵਾਸਤੇ ਲਿਆਉਣਾ ਔਖਾ ਹੋ ਜਾਵੇਗਾ, ਇਸ ਬੰਨਿਓ ਚੌਕਸ ਰਹਿਣਾ ਹੈ, ਇਸ ਬੰਨਿਓ ਸਾਵਧਾਨ ਰਹਿਣਾ ਹੈ ਕਿ ਪਿੰਡ ਦੇ ਲੋਕਾਂ ਦੇ ਨਾਲ ਵਿਗੜੇ ਨਾ ਤੇ ਪਿੰਡ ਦੇ ਲੋਕ ਤੁਹਾਨੂੰ ਰੋਕਣ ਨਾ, ਇਸ ਗੱਲ ਦਾ ਖਾਸ ਕਰਕੇ ਖਿਆਲ ਰੱਖਣਾ। ਨਵਾਬ ਫਰਮਾਈ ਤਿਮ ਹੀ ਕਰੀ। ਜਕਰੀਆ ਖਾਂ ਨੇ ਜਿਵੇਂ ਫਰਮਾ ਦਿੱਤਾ, ਜਿਵੇਂ ਦੋਵਾਂ ਜਾਣਿਆਂ ਨੂੰ ਸਮਝਾ ਦਿੱਤਾ, ਉਸੇ ਤਰੀਕੇ ਨਾਲ ਦੋਵਾਂ ਜਾਣਿਆਂ ਨੇ ਕਰਨਾ ਸ਼ੁਰੂ ਕਰ ਦਿੱਤਾ। ਤੁਰੰਤ ਦੋਨੋਂ ਪਰ ਫੌਜੇ ਚਰੇ, ਦੋਵਾਂ ਪਾਸੇ ਫਿਰ ਜਕਰੀਆ ਖਾਂ ਨੇ ਫੌਜਾਂ ਭੇਜ ਦਿੱਤੀਆਂ ਹਨ, ਭਾਈ ਮਹਿਤਾਬ ਸਿੰਘ ਨੂੰ ਵੀ ਫੜਨ ਵਾਸਤੇ ਹਰ ਭਗਤ ਨਰੰਜਨੀਆ ਨੂੰ ਭੇਜਿਆ ਹੈ, ਤੇ ਭਾਈ ਤਾਰੂ ਸਿੰਘ ਜੀ ਨੂੰ ਫੜਨ ਵਾਸਤੇ ਮੋਮਨ ਖਾਂ ਨੂੰ ਭੇਜਿਆ ਗਏ। ਅਹਦੀਆਂ ਜਾਏ ਤਾਰੂ ਸਿੰਘ ਫੜਿਓ, ਤੇ ਮੋਮਨ ਖਾਂ ਦੀ ਅਗਵਾਈ ਦੇ ਵਿੱਚ ਜਦੋਂ ਫੌਜ ਆਈ ਹੈ ਲਾਹੌਰ ਤੋਂ ਪੂਲੇ ਪਿੰਡ ਦੇ ਵਿੱਚ, ਤੇ ਭਾਈ ਤਾਰੂ ਸਿੰਘ ਜੀ ਉਸ ਵਕਤ ਘਰ ਦੇ ਵਿੱਚ ਨਹੀਂ ਹੈ, ਫੌਜ ਨੇ ਆ ਕੇ ਬੂਹਾ ਹੜਕਾਇਆ ਹੈ, ਤੇ ਫੌਜ ਆ ਕੇ ਪੁੱਛਦੀ ਹੈ ਕਿ ਭਾਈ ਤਾਰੂ ਸਿੰਘ ਜੀ ਕਿੱਥੇ ਹੈ। ਭਾਈ ਤਾਰੂ ਸਿੰਘ ਜੀ ਦੀ ਮਾਤਾ ਤੋਂ ਜਾਣਕਾਰੀ ਲਈ ਗਈ
ते जदो माता जी नूं पता चलिया कि लाहौर तो वरंट निकले गन, लाहौर तो फौज आई है मेरे पुत्र नूं गिरफ्तार करन वास्ते, ते माता जो सिखी दे असूल गन उन्हां नूं अपनाउंदिया होया जो गुरु नानक पातशाह जी ने असूल झोली विच पाए हन सिख दे उन्हां ते पहरा दिंदिया होया फिर माता ने गल बात कीती है। माता जी कहन लगे पुत्र क्योंकि पुत्रां दे बराबर आया है, ते जदों बराबर आया ते मां कह लगी पुत्र वे तू भी मेरा पुत्र है ते भाई तारू सिंह भी मेरा पुत्र है, तुसी मेरे पुत्र नूं गिरफ्तार करन वास्ते आए जे, मैं तुहानूं रोकांगी नहीं, तुसी गिरफ्तार करके जरूर खड़िओ, पर साडे घर दी जिहड़ी रीत है, साडे घर दी जिहड़ी मर्यादा है, जो गुरु साहिब जी ने सानूं सिखाया है, कोई दुश्मन आवे, कोई मित्र सज्जन साख संबंधी आ जावे, कोई भी घर दे विच आ जावे, उन्नू प्रशादा पानी छकाउण तों बिना नहीं जान दित्ता जांदा, तुसी मेरे पुत्र नूं गिरफ्तार करन वास्ते आए जे, जी आया नूं इस वक्त मेरा पुत्र घर दे विच नहीं है, सुनेहा मैं भेज दिंदी हां ते जिन्ना चिर नूं मेरे पुत्र ने आउणा है उन्ना चिर बैठ के तुसी प्रशादा पानी छक लवो, क्योंकि लाहौर तों आए जे भुख तुहानूं लगी होवेगी, ते जिन्ना चिर नूं मेरे पुत्र ने घर विच आउणा है उन्ना चिर तक तुसी अपनी पेट पूर्ति कर लवो। पर मोमन खां अग्गे कहण लगा माई असीं लाहौर तों तेरे पुत्र नूं गिरफ्तार करन वास्ते आए हाँ, ना कि तेरे घर दे विच प्रशादा छकण वास्ते आए हाँ, असीं सिर्फ तेरे पुत्र नूं गिरफ्तार करना है अते वापस लाहौर जाना है, तेरे घर दे विच ओह असीं प्रशादा नहीं छक सकदे। ते इधर दूजे बन्ने भाई तारू सिंह जी खेतां दे विच काम कर रहा है अते पिंड दा एक खास सज्जन भाई तारू सिंह जी दा ਉਹ ਭੱਜ ਕੇ ਭਾਈ ਤਾਰੂ ਸਿੰਘ ਜੀ ਕੋਲ ਗਿਆ ਹੈ ਤੇ ਭਾਈ ਤਾਰੂ ਸਿੰਘ ਜੀ ਨੂੰ ਕਹਿੰਦਾ ਭਾਈ ਤਾਰੂ ਸਿੰਘ ਜੀ ਜਿਹਦਾ ਡਰ ਸੀ ਉਹ ਭਾਣਾ ਵਰਤ ਗਿਆ ਹੈ, ਅੱਜ ਲਾਹੌਰ ਤੋਂ ਫੌਜ ਆ ਗਈ ਹੈ ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ, ਤੇ ਤੁਸੀਂ ਇੱਕ ਕੰਮ ਕਰੋ ਦਵਾ ਦਵ ਖੇਤੀਬਾੜੀ ਛੱਡੋ, ਘਰ ਬਾਹਰ ਨਾ ਜਾਇਓ, ਇੱਥੋਂ ਕਿ ਹੋਰ ਇਲਾਕੇ ਵਿੱਚ ਨਿਕਲ ਜਾਵੋ, ਕਿਉਂਕਿ ਜੇ ਫੌਜ ਤੁਹਾਨੂੰ ਫੜ ਕੇ ਲੈ ਗਈ ਤੇ ਭਾਣਾ ਵਰਤ ਜਾਵੇਗਾ, ਕਿਉਂਕਿ ਅੱਜ ਤੱਕ ਜਿਹੜਾ ਵੀ ਲਾਹੌਰ ਦੀ ਧਰਤੀ ਤੇ ਗਿਆ ਹੈ ਉਹ ਵਾਪਸ ਨਹੀਂ ਆਇਆ, ਤੇ ਜੇ ਤੁਸੀਂ ਲਾਹੌਰ ਦੀ ਧਰਤੀ ਤੇ ਚਲੇ ਗਏ ਤੇ ਇਹ ਨਾ ਹੋਵੇ ਤੁਹਾਡੇ ਨਾਲ ਵੀ ਉੱਥੇ ਕੋਈ ਭਾਣਾ ਵਾਪਰ ਜਾਵੇ, ਤੁਹਾਡਾ ਮੈਂ ਸੱਜਣ ਹਾਂ, ਸੱਜਣ ਹੋਣ ਦੇ ਨਾਤੇ ਤੁਹਾਨੂੰ ਮੈਂ ਸਲਾਹ ਦੇ ਰਿਹਾ ਹਾਂ ਕਿ ਤੁਸੀਂ ਜਿਹੜਾ ਵਾ ਇਸੇ ਵਕਤ ਹੀ ਖੇਤੀਬਾੜੀ ਛੱਡ ਕੇ ਕਿਸੇ ਬੰਨੇ ਨਿਕਲ ਜਾਵੋ, ਬਾਕੀ ਜਦੋਂ ਸਮਾਂ ਟਲ ਜਾਵੇਗਾ ਤੇ ਫਿਰ ਆਪਾਂ ਅਗਲੀ ਕਾਰਵਾਈ ਕਰਾਂਗੇ। ਤੇ ਭਾਈ ਤਾਰੂ ਸਿੰਘ ਜੀ ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਭੇਜੇ ਹੋਏ ਹਨ, ਜਿਹੜੀ ਬਹੁਤ ਉੱਚੀ ਸ਼ਖਸੀਅਤ ਹੈ, ਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਸੱਜਣਾ ਤੂੰ ਖਬਰ ਦਿੱਤੀ ਹੈ, ਬਹੁਤ ਵਧੀਆ ਖਬਰ ਦਿੱਤੀ ਹੈ, ਜਿਹੜੀ ਇਹ ਘੜੀ ਪਰਮਾਤਮਾ ਨੇ ਮੇਰੇ ਸਿਰ ਤੇ ਲਿਆਂਦੀ ਹੈ, ਗੁਰੂ ਦੀ ਕਿਰਪਾ ਦੇ ਨਾਲ ਹੁਣ ਮੇਰਾ ਵੀ ਸਿੱਖੀ ਸਿਦਕ ਦਾ ਪਰਚਾ ਪਵੇਗਾ, ਤੇ ਸਿੱਖੀ ਸਿਦਕ ਦੇ ਪਰਚੇ ਵਿੱਚ ਗੁਰੂ ਕਿਰਪਾ ਦੇ ਨਾਲ ਮੈਂ ਪਾਸ ਹੋਵਾਂਗਾ, ਆਹ ਸਮਾਂ ਮੈਂ ਉਡੀਕਦਾ ਸੀ ਤੇ ਆਹ ਸਮਾਂ ਗੁਰੂ ਪਰਮਾਤਮਾ ਨੇ ਮੇਰਾ ਲੈ ਆਂਦਾ ਹੈ, ਮੈਂ ਹੁਣ ਖੇਤੀਬਾੜੀ ਛੱਡ ਕੇ ਭੱਜਾਂਗਾ ਨਹੀਂ, ਮੈਂ ਸਗੋਂ ਖੇਤੀਬਾੜੀ ਛੱਡ ਕੇ ਘਰ ਦੇ ਵਿੱਚ ਜਾਵਾਂਗਾ, ਤੇ ਜਿਹੜੀ ਫੌਜ ਗ੍ਰਿਫਤਾਰ ਕਰਨ ਵਾਸਤੇ ਆਈ ਹੈ ਉਹਨਾਂ ਦੇ ਨਾਲ ਮੈਂ ਜਾਵਾਂਗਾ ਅਤੇ ਸਿੱਖੀ ਦੇ ਪਰਚੇ ਵਿੱਚੋਂ ਪਾਸ ਹੋਵਾਂਗਾ। ਭਾਈ ਤਾਰੂ ਸਿੰਘ ਜੀ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਪਰ ਭਾਈ ਤਾਰੂ ਸਿੰਘ ਜੀ ਸਮਝ ਨਹੀਂ, ਕਿਉਂਕਿ ਜਿਨ੍ਹਾਂ ਦੀ ਅਵਸਥਾ ਅੰਦਰੋਂ ਉੱਚੀ ਹੋ ਜਾਂਦੀ ਹੈ ਉਹ ਜਿਹੜੇ ਬਚਨ ਕਰਦੇ ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਭਾਈ ਤਾਰੂ ਸਿੰਘ ਜੀ ਘਰ ਦੇ ਵਿੱਚ ਆਏ ਹਨ ਤੇ ਆਉਂਦਿਆਂ ਨੂੰ ਫੌਜ ਜਿਹੜੀ ਭਾਈ ਤਾਰੂ ਸਿੰਘ ਜੀ ਨੂੰ ਉਡੀਕ ਰਹੀ ਹੈ, ਜਦੋਂ ਭਾਈ ਤਾਰੂ ਸਿੰਘ ਜੀ ਆਏ ਤੇ ਮੋਮਨ ਖਾਂ ਨੇ ਤਾਂ ਗ੍ਰਿਫਤਾਰ ਕਰਨ ਵਾਸਤੇ ਕਿਹਾ ਕਿ ਭਾਈ ਤਾਰੂ ਸਿੰਘ ਤੈਨੂੰ ਗ੍ਰਿਫਤਾਰ ਕਰਕੇ ਲਾਹੌਰ ਖੜਨਾ ਹੈ, ਤੇ ਭਾਈ ਤਾਰੂ ਸਿੰਘ ਜੀ ਵੀ ਸਬਰ ਦੀ ਮੂਰਤ ਨਿਮਰਤਾ ਦੀ ਮੂਰਤ ਕਹਿਣ ਲੱਗੇ ਭਾਈ ਜੀ ਤੁਸੀਂ ਗ੍ਰਿਫਤਾਰ ਕਰਨ ਵਾਸਤੇ ਆਏ ਜੇ ਤੇ ਮੈਂ ਗ੍ਰਿਫਤਾਰ ਹੋਣ ਵਾਸਤੇ ਆਇਆ ਹਾਂ, ਕਿਉਂਕਿ ਜੇ ਮੈਂ ਭੱਜਣਾ ਹੁੰਦਾ ਪਿੱਛੋਂ ਹੀ ਭੱਜ ਜਾਣਾ ਸੀ, ਪਰ ਮੈਂ ਆਪ ਗ੍ਰਿਫਤਾਰ ਹੋਣ ਵਾਸਤੇ ਆਇਆ, ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਹੀ ਜਾਵਾਂਗਾ, ਪਰ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਪ੍ਰਸ਼ਾਦਾ ਪਾਣੀ ਛਕਿਆ ਹੈ ਜਾਂ ਨਹੀਂ ਛਕਿਆ, ਆਹ ਹੈ ਪਰਮਾਤਮਾ ਦੇ ਵਿੱਚ ਭੇਜਿਆ ਹੋਇਆ ਮਨੁੱਖ।
आहे अवस्था उची भावे दुश्मन घर दे विच खलोता है पर दुश्मन नु भी अंदरों प्रेम दे नाल पुछिया जा रहा है प्रसादा छकिया है जा नहीं छकिया पर अज असी जेड़ा वा सज्जन नु छका के भी राजी नहीं है दुश्मन ते बड़े दूर दी गल रही है भाव कि असी मत्थे ते चूड़ी पाउण वास्ते तैयार हाँ पर किसी की मदद करने वास्ते तैयार नहीं हाँ भाई तारू सिंह जी कहिंदे ताडे नाल मैं जरूर जावांगा पर पहला मैनू दसो प्रशादा पानी छकिया है जा नहीं छकिया जे ते नहीं छकिया फिर साडे घरों पहला प्रशादा पानी छको प्रशादा पानी छकोगे आपां फिर लाहौर दी धरती ते जावांगे ते मोमन खां ਉਹ ਫਿਰ ਗੁੱਸੇ ਦੇ ਵਿੱਚ ਕਹਿਣ ਲੱਗਾ ਹੈ ਕਿ ਤਾਰੂ ਸਿੰਘ ਅਸੀਂ ਪ੍ਰਸ਼ਾਦਾ ਨਹੀਂ ਛਕਣ ਆਏ ਤੈਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਹਾਂ ਸਮਾਂ ਨਾ ਸਾਡਾ ਬਰਬਾਦ ਕਰਾ ਤੈਨੂੰ ਗ੍ਰਿਫਤਾਰ ਕਰਕੇ ਲਾਹੌਰ ਖੜਨਾ ਹੈ ਕਿਉਂਕਿ ਲਾਹੌਰ ਬਹੁਤ ਦੂਰ ਹੈ ਇਸ ਕਰਕੇ ਅਸੀਂ ਸ਼ਾਮ ਤੋਂ ਪਹਿਲਾਂ ਪਹਿਲਾਂ ਵਾਪਸ ਜਾਣਾ ਹੈ ਤੇ ਸਮਾਂ ਬਰਬਾਦ ਨਾ ਕਰਦਿਆਂ ਹੋਇਆਂ ਆਪਣੇ ਆਪ ਸਾਡੇ ਨਾਲ ਤੁਰ ਪਾ ਭਾਵ ਕਿ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਜਾਵੇਗਾ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਅਹਿੰਦੀਅਨ ਜਾਏ ਤਾਰੂ ਸਿੰਘ ਫੜਿਓ ਅਹਿੰਦੀਅਨ ਤੋਂ ਭਾਵ ਕਿ ਮੋਮਨ ਖਾਂ ਦੀ ਅਗਵਾਈ ਦੇ ਵਿੱਚ ਗਈ ਹੋਈ ਫੌਜ ਉਹਨਾਂ ਨੇ ਜਾ ਕੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਨਵਾਬ ਕਹਿਓ ਤਿੰਨ ਕਰ ਕੋ ਕਰਿਓ ਮੋਮਨ ਖਾਂ ਕਹਿਣ ਲੱਗਾ ਤਾਂ ਭਾਈ ਤਾਰੂ ਸਿੰਘ ਸਾਨੂੰ ਨਵਾਬ ਦਾ ਹੁਕਮ ਹੈ ਕਿ ਤੈਨੂੰ ਅਸੀਂ ਗ੍ਰਿਫਤਾਰ ਕਰਕੇ ਵਾਪਸ ਲਿਆਉਣਾ ਹੈ ਅਸੀਂ ਜਿਹੜਾ ਸਮਾਂ ਨਹੀਂ ਬਰਬਾਦ ਕਰਨਾ ਅਸੀਂ ਨਵਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਸਿਰਫ ਤੈਨੂੰ ਗ੍ਰਿਫਤਾਰ ਕਰਨ ਵਾਸਤੇ ਹੀ ਆਏ ਹਾਂ ਤੇਰਾ ਮੋੜ ਪੜਾਣੇ ਲਾਏ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜਾ ਡੇਰਾ ਗਏ ਭਾਵ ਕਿ ਲਾਗੇ ਇੱਕ ਪਿੰਡ ਹੈ ਪੂਲੇ ਪਿੰਡ ਦੇ ਲਾਗੇ ਪੜਾਣਾ ਪਿੰਡ ਇੱਥੇ ਜਦੋਂ ਦਿਹਾਤ ਦੇ ਵਿੱਚ ਫੌਜ ਭਾਈ ਤਾਰੂ ਸਿੰਘ ਜੀ ਨੂੰ ਲੈ ਕੇ ਪਹੁੰਚੀ ਹੈ ਅਤੇ ਪੜਾਣੇ ਦੇ ਲੋਕ ਅਤੇ ਪੂਲੇ ਪਿੰਡ ਦੇ ਲੋਕ ਜ਼ਿਆਦਾਤਰ ਜਿਹੜੇ ਵਿਦਵਾਨ ਉਹ ਕੇਵਲ ਪੂਲੇ ਪਿੰਡ ਦੇ ਲੋਕ ਲੈਂਦੇ ਹਨ ਕਿ ਉਸ ਪਿੰਡ ਦੇ ਲੋਕ ਹੀ ਜਿਹੜੇ ਭਾਈ ਤਾਰੂ ਸਿੰਘ ਜੀ ਨੂੰ ਛਡਾਉਣ ਵਾਸਤੇ ਜਾਂ ਗੱਲਬਾਤ ਕਰਨ ਵਾਸਤੇ ਆਏ ਹਨ ਪਰ ਭਾਈ ਰਤਨ ਸਿੰਘ ਜੀ ਕਹਿੰਦੇ ਡੇਰਾ ਮੋੜ ਪੜਾਣੇ ਲਾਏ ਪੜਾਣੇ ਪਿੰਡ ਦੇ ਜਾ ਕੇ ਡੇਰਾ ਪਹੁੰਚਿਆ ਹੈ ਫੌਜ ਪਹੁੰਚੀ ਹੈ ਅਤੇ ਦੋਵੇਂ ਬੰਨਿਓ ਜਿਹੜੇ ਫੌਜ ਦੋਵਾਂ ਪਿੰਡਾਂ ਦੇ ਜਿਹੜੇ ਲੋਕ ਹਨ ਉਹ ਭਾਈ ਤਾਰੂ ਸਿੰਘ ਜੀ ਦੀ ਮਦਦ ਕਰਨ ਵਾਸਤੇ ਭਾਈ ਤਾਰੂ ਸਿੰਘ ਜੀ ਨੂੰ ਛਡਾਉਣ ਵਾਸਤੇ ਘਰਾਂ ਦੇ ਵਿੱਚੋਂ ਤੁਰ ਪਏ ਲੋਕ ਦੇਖਣੇ ਸੁਣ ਕੇ ਆਏ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਸਾਡੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਲੋਕਾਂ ਦੇ ਕੋਲ ਰਿਹਾ ਨਹੀਂ ਗਿਆ ਕਿਉਂਕਿ ਜਿਹੜਾ ਬੰਦਾ ਚੰਗਾ ਹੁੰਦਾ ਹੈ ਉਹਦੇ ਪਿੱਛੇ ਮੁਲਕ ਖਲੋ ਜਾਂਦਾ ਹੈ ਤੇ ਲੋਕ ਉਹਦੀ ਸ਼ੋਭਾ ਕਰਦੇ ਹਨ ਇਸੇ ਕਰਕੇ ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਵੀ ਕਿਹਾ ਹੈ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਤੇ ਜਿਹੜਾ ਬੰਦਾ ਮਾੜੇ ਰਾਹ ਚੱਲਦਾ ਹੈ ਉਹਨੂੰ ਲੋਕ ਵੀ ਫਟਕਾਰਾਂ ਹੀ ਪਾਉਂਦੇ ਚੰਗਾ ਹੋਇਆ ਫੜਿਆ ਗਿਆ ਚੰਗਾ ਹੋਇਆ ਮਰ ਗਿਆ ਸੰਸਾਰ ਤੋਂ ਗਿਆ ਗੋਲੀ ਲੱਥਾ ਭਾਵ ਕਿ ਇੱਦਾਂ ਦੇ ਬਚਨ ਕਹੇ ਜਾਂਦੇ ਹਨ ਪਰ ਭਾਈ ਤਾਰੂ ਸਿੰਘ ਜੀ ਜਿਹੜੇ ਬਹੁਤ ਉੱਚੀ ਸ਼ਖਸੀਅਤ ਦੇ ਮਾਲਕ ਹਨ ਜਿਨ੍ਹਾਂ ਦਾ ਹਰੇਕ ਪਿੰਡ ਦੇ ਵਿੱਚ ਲੋਕ ਸਤਿਕਾਰ ਕਰਦੇ ਸਨ ਪੜਾਣੇ ਪਿੰਡ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਉਹ ਵੀ ਆਏ ਹਨ ਅਤੇ ਇੱਧਰ ਪੂਲੇ ਪਿੰਡ ਦੇ ਲੋਕ ਵੀ ਆਏ ਹਨ ਕਿ ਭਾਈ ਤਾਰੂ ਸਿੰਘ ਜੀ ਨੂੰ ਜਾ ਕੇ ਛਡਾਇਆ ਜਾਵੇ ਐਦੀ ਲਾਗੇ ਬੁਰਾ ਸੁਮਾਨਣ ਜਿਹੜੇ ਸਿਪਾਹੀ ਆਏ ਸਨ ਫੜਨ ਜਦੋਂ ਉਹਨਾਂ ਵੇਖਿਆ ਕਿ ਲੋਕ ਆਏ ਹਨ ਤੇ ਉਹਨਾਂ ਲੋਕਾਂ ਉਹਨਾਂ ਸਿਪਾਹੀਆਂ ਨੂੰ ਗੱਲ ਚੇਤੇ ਆ ਗਈ ਜਕਰੀਆ ਖਾਨ ਦੀ ਕਿ ਭਾਈ ਤਾਰੂ ਸਿੰਘ ਦੇ ਲੋਕ ਬੜੇ ਹਮਾਇਤੀ ਹਨ ਸਾਵਧਾਨ ਹੋ ਕੇ ਧਿਆਨ ਦੇ ਨਾਲ ਭਾਈ ਤਾਰੂ ਸਿੰਘ ਜੀ ਨੂੰ ਲਿਆਉਣਾ ਪਵੇਗਾ ਕਿਉਂਕਿ ਜੇ ਲੋਕ ਘੇਰੇ ਘੇਰੇ ਹੋ ਗਏ ਤਾਂ ਫਿਰ ਭਾਈ ਤਾਰੂ ਸਿੰਘ ਜੀ ਨੂੰ ਲਿਆਉਣਾ ਬੜਾ ਔਖਾ ਹੋ ਜਾਵੇਗਾ ਤੇ ਜਦੋਂ ਸਿਪਾਹੀਆਂ ਨੇ ਵੇਖਿਆ ਮੋਮਨ ਖਾਨ ਨੇ ਵੇਖਿਆ ਲੋਕ ਆ ਗਏ ਹਨ ਤਾਂ ਜਿਹੜੇ ਸਿਪਾਹੀ ਹਨ ਉਹਨਾਂ ਨੇ ਲੋਕਾਂ ਉੱਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਜਿਵੇਂ ਪੁਲਿਸ ਦਾ ਵਿਵਹਾਰ ਹੈ ਪੁਲਿਸ ਜਿਵੇਂ ਕਰਦੀ ਹੈ ਕਿ ਜਦੋਂ ਲੋਕ ਇਕੱਠੇ ਹੋ ਜਾਣ ਆਪਣੇ ਤੋਂ ਦੂਰ ਕਰਨ ਵਾਸਤੇ ਡੰਡੇ ਮਾਰੇ ਜਾਂਦੇ ਹਨ ਉਸੇ ਤਰੀਕੇ ਦੇ ਨਾਲ ਜਿਹੜੇ ਮੋਮਨ ਖਾਂ ਦੇ ਨਾਲ ਆਏ ਸਿਪਾਹੀ ਹਨ
ਉਹ ਵੀ ਪਿੰਡ ਦੇ ਲੋਕਾਂ ਨੂੰ ਡੰਡੇ ਮਾਰ ਕੇ ਧੱਕੇ ਮਾਰ ਕੇ ਪਿਸ਼ਾਬ ਕਰਨ ਲੱਗੇ ਤਾਂ ਜੋ ਭਾਈ ਤਾਰੂ ਸਿੰਘ ਜੀ ਨੂੰ ਕੋਈ ਛਡਾ ਨਾ ਸਕੇ ਤੇ ਅਸੀਂ ਭਾਈ ਤਾਰੂ ਸਿੰਘ ਜੀ ਨੂੰ ਜਿਹੜਾ ਵਾ ਉਹ ਲਾਹੌਰ ਲੈ ਜਾਈਏ। ਫਿਰ ਕਿਵੇਂ ਭਾਈ ਤਾਰੂ ਸਿੰਘ ਜੀ ਲਾਹੌਰ ਪਹੁੰਚਦੇ ਹਨ, ਕਿਵੇਂ ਭਾਈ ਤਾਰੂ ਸਿੰਘ ਜੀ ਪਿੰਡ ਦੇ ਲੋਕਾਂ ਨੂੰ ਸਮਝਾਉਂਦੇ ਹਨ, ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ, ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।